ਉਹ ਤਾਂ ਬੇਵਾਬਦੀਆਂ ਕਰਨ ਵਾਸਤੇ ਕਸੂਰਵਾਰ ਹੈ ਸਨ, ਪਰੰਤੂ ਮੌਕੇ ਦੀ ਸਰਕਾਰਾਂ ਨੇ ਉਹਨਾਂ ਨੂੰ ਦੋਸ਼ੀਆਂ ਨੂੰ ਕੋਈ ਸਜ਼ਾਵਾਂ ਨਹੀਂ ਦਿੱਤੀਆਂ। ਇਸ ਸਟੇਟ ਤੋਂ ਉਹਨਾਂ ਨੂੰ ਟਾਈਮ ਦਿੱਤਾ ਗਿਆ, ਪੂਰਾ ਉਹਨਾਂ ਦੇ ਨਾਲ ਜਿਹੜੀ ਟੀਮ ਆਈ ਸੀ ਉਹਨਾਂ ਦਾ ਧੰਨਵਾਦ ਕੀਤਾ ਗਿਆ, ਪਰੰਤੂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਜਿਹੜੀ ਘਟਨਾ ਜਿਹੜੇ ਪਿਛਲੇ ਸਮਿਆਂ 'ਚ ਉਹਨਾਂ ਨੇ ਜੋ ਫੈਸਲੇ ਲਏ ਉਹਨਾਂ ਤੋਂ ਨਾਰਾਜ਼ ਹੋ ਕੇ ਸਿੰਘ ਸੰਗਤਾਂ ਵਿੱਚ ਜਿਹੜੀ ਨਿਰਾਸ਼ਾ, ਕਿਉਂਕਿ ਉਹਨਾਂ ਨੇ ਹਮੇਸ਼ਾ ਸੰਗਤਾਂ ਨੂੰ ਨਿਰਾਸ਼ ਕੀਤਾ, ਭਾਵੇਂ ਉਹਨਾਂ ਨੇ ਕੋਈ ਅਕਾਲ ਤਖ਼ਤ ਸਾਹਿਬ ਤੋਂ ਫੈਸਲਾ ਕਰਾਇਆ, ਭਾਵੇਂ ਸ਼੍ਰੋਮਣੀ ਕਮੇਟੀ ਨੇ ਨਿੱਜੀ ਤੌਰ 'ਤੇ ਫੈਸਲਾ ਲਿਆ, ਉਸ ਤੋਂ ਸੰਗਤਾਂ ਦੇ ਨਿਰਾਸ਼ਾ ਪੱਲੇ ਪਈ ਹੈ। ਪਰੰਤੂ ਇੱਥੇ ਵੀ ਮੈਂ ਧਾਮੀ ਸਾਹਿਬ ਨੂੰ ਬੋਲਣ ਤੋਂ ਪਹਿਲਾਂ ਨਿੱਜੀ ਤੌਰ 'ਤੇ ਬੇਨਤੀ ਕੀਤੀ ਸੀ, ਉੱਥੇ ਬੈਠੇ ਸੀ ਮੇਰੇ ਕੋਲ, ਮੈਂ ਕਿਹਾ ਧਾਮੀ ਸਾਹਿਬ 2 ਨੰਬਰ ਦਾ ਮੁੱਦਾ ਤੁਹਾਡੇ ਨਾਲ ਸੰਬੰਧਿਤ ਹੈ, ਤੁਸੀਂ ਇਹਦੇ ਬਾਰੇ ਕੀ ਕਹੋਗੇ, ਕੀ ਇਹਦਾ ਸਪਸ਼ਟੀਕਰਨ ਦਓਗੇ ਤੁਸੀਂ? ਕਹਿੰਦੇ ਹਾਂ ਮੈਂ ਦੇਹਾਂਗਾ। ਮੈਨੂੰ ਪੂਰੇ ਵਾਅਦੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਉਹਦਾ ਜਵਾਬ ਦੇਵਾਂਗਾ, ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ਼ ਕਾਰਵਾਈ ਹੋਏਗੀ ਅਤੇ ਜਿਹੜੀ ਈਸ਼ਰ ਸਿੰਘ ਦੀ ਰਿਪੋਰਟ ਹੈ ਉਹ ਜਨਤਕ ਕੀਤੀ ਜਾਵੇਗੀ। ਪਰੰਤੂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੇਰੇ ਨਾਲ ਵਾਅਦਾ ਕਰਕੇ ਇੱਥੇ ਉਹਦੇ ਮਤਲਬ ਕਿ ਇੱਕ ਸ਼ਬਦ ਵੀ ਨਹੀਂ ਬੋਲਿਆ। ਬੰਦਾ ਸਿੰਘ ਬਹਾਦਰ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਜੋ ਬਣਿਆ, ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਜ਼ਿੰਮੇਵਾਰ ਹੈ ਕਿ ਉੱਥੇ ਭਈਆਂ ਨੂੰ ਐਡਮਿਸ਼ਨਾਂ ਦੇ ਰਹੇ ਹੈ ਉਹ, ਪਰੰਤੂ ਸ਼੍ਰੋਮਣੀ ਕਮੇਟੀ ਪ੍ਰਸ਼ਾਸਨ ਨੂੰ ਵਾਰ ਵਾਰ ਮਜਬੂਰ ਕਰ ਰਿਹਾ ਕਿ ਤੁਸੀਂ ਸਿੱਖਾਂ ਦੇ ਬੱਚਿਆਂ ਦੇ ਪਰਚੇ ਦਰਜ ਕਰੋ। ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ, ਕੌਮੀ ਇਨਸਾਫ ਮੋਰਚੇ ਵਿੱਚ ਸ਼ਾਮਲ ਹੋਣ ਆਏ ਗੁਰੂ ਰੂਪ ਖਾਲਸਾ ਜੀ, ਸਭ ਤੋਂ ਪਹਿਲਾਂ ਦਾਸ ਆਪਣੇ ਵੱਲੋਂ ਅਤੇ ਜਹਿਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬੁਲਾਈ ਫਤਿਹ ਹਾਜ਼ਰ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਕੋਟ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹੜਾ ਇਹ ਨਿਮਾਣੇ ਸਿੱਖਾਂ ਤੋਂ ਸੇਵਾ ਲੈ ਰਹੇ ਹੈ, ਅਸੀਂ ਇਹਦੇ ਯੋਗ ਨਹੀਂ। ਜਿੰਨੀਆਂ ਵੀ ਜਥੇਬੰਦੀਆਂ, ਭਾਵੇਂ ਕਿਸਾਨ ਜਥੇਬੰਦੀਆਂ, ਸੰਤ ਮਹਾਂਪੁਰਸ਼, ਲੋਕਲ ਗੁਰਦੁਆਰਾ ਕਮੇਟੀਆਂ, ਦੂਰ ਦਰੇਡਿਆਂ ਤੋਂ ਸੰਗਤ ਦੇ ਰੂਪ 'ਚ ਪਹੁੰਚੀ ਸੰਗਤ, ਕਾਰ ਸੇਵਾ ਵਾਲੇ ਮਹਾਂਪੁਰਸ਼ ਜੋ ਲੰਗਰਾਂ ਦੀ ਨਿਰੰਤਰ ਸੇਵਾ ਨਿਭਾ ਰਹੇ ਹਨ, ਸਾਡੇ ਕੋਲ ਕੋਈ ਸ਼ਬਦ ਨਹੀਂ ਵੀ ਉਹਨਾਂ ਦਾ ਧੰਨਵਾਦ ਕਰ ਸਕੀਏ, ਕਿਉਂਕਿ ਮੋਰਚਾ ਕਿਸੇ ਦਾ ਨਿੱਜ ਦਾ ਨਹੀਂ, ਨਾ ਨਿੱਜ ਸਵਾਰਥ ਵਾਸਤੇ ਹੀ ਲਾਇਆ ਗਿਆ। ਕੌਮੀ ਇਨਸਾਫ ਮੋਰਚਾ ਸਭ ਤੋਂ ਪਹਿਲਾਂ ਲੱਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਾਸਤੇ, ਕਿਉਂਕਿ ਪਿਛਲੇ ਸਮਿਆਂ ਵਿੱਚ ਜੋ ਦੁਸ਼ਟਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੇ ਸਾਂਝੀ ਵਾਲਤਾ ਦੇ ਪ੍ਰਤੀਕ ਹਨ,
ਜਿਨ੍ਹਾਂ ਦਾ ਉਪਦੇਸ਼ 4 ਵਰਨਾਂ ਨੂੰ ਸਾਂਝਾ, ਉਹਨਾਂ ਦੀ ਬੇਅਬਦੀਆਂ ਕੀਤੀਆਂ। ਉਹ ਤਾਂ ਬੇਅਬਦੀਆਂ ਕਰਨ ਵਾਸਤੇ ਕਸੂਰਵਾਰ ਹੈ ਸਨ, ਪਰੰਤੂ ਮੌਕੇ ਦੀ ਸਰਕਾਰਾਂ ਨੇ ਉਹਨਾਂ ਨੂੰ, ਦੋਸ਼ੀਆਂ ਨੂੰ ਕੋਈ ਸਜ਼ਾਵਾਂ ਨਹੀਂ ਦਿੱਤੀਆਂ। ਸੋ ਉਹ ਇਨਸਾਫ ਲੈਣ ਲਈ ਤੇ ਬਹਿਬਲ ਕਲਾਂ ਵਿੱਚ ਹੋਏ ਸ਼ਹੀਦ ਸਿੰਘਾਂ ਦਾ ਇਨਸਾਫ ਲੈਣ ਲਈ ਤੇ ਉਹਨਾਂ ਬੰਦੀ ਸਿੰਘਾਂ ਦੀ, ਜਿਹੜੇ ਆਪਣੀਆਂ ਕੋਰਟ ਵੱਲੋਂ ਮਿਲੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਪਰੰਤੂ ਸਰਕਾਰਾਂ ਰਿਹਾਈਆਂ ਨਹੀਂ ਕਰ ਰਹੀਆਂ, ਅਸੀਂ ਇਹ ਮੋਰਚਾ ਲਾਇਆ। ਮੋਰਚਾ ਤੁਹਾਡੇ ਸਹਿਯੋਗ ਨਾਲ ਇਹ ਲੜਿਆ ਜਾਵੇਗਾ। ਮੈਂ ਕਿਸਾਨ ਜਥੇਬੰਦੀਆਂ ਦੀ ਗੱਲ ਕਰਾਂ, ਉਹ ਬਹੁਤ ਵੱਡੇ ਪੱਧਰ ਤੇ 7 ਤਰੀਕ ਤੋਂ ਹੀ ਪਹੁੰਚ ਰਹੀਆਂ ਇੱਥੇ, ਜਿਨ੍ਹਾਂ ਦਾ ਕਿਸਾਨੀ ਸੰਘਰਸ਼ 'ਚ ਬਹੁਤ ਵੱਡਾ ਤਜਰਬਾ। ਸੋ ਅਸੀਂ ਆਸ ਰੱਖਦੇ ਹਾਂ ਉਹ ਆਪਣਾ ਤਜਰਬਾ ਇੱਥੇ ਜ਼ਰੂਰ ਉਹ ਕਰਨ, ਕਿਉਂਕਿ ਅਸੀਂ ਅਣਜਾਣੇ, ਇੰਨੇ ਅਕਲਮੰਦ ਨਹੀਂ ਵੀ ਇਸ ਦੀ ਅਗਵਾਈ ਕਰ ਸਕੀਏ। ਜੋ ਜੋ ਵੀ ਇਸ ਮਾਰਚ ਵਿੱਚ ਇਸ ਕੌਮੀ ਇਨਸਾਫ ਮੋਰਚੇ ਵਿੱਚ ਹਿੱਸਾ ਪਾ ਰਿਹਾ ਉਹ ਧੰਤਾ ਦੇ ਯੋਗ ਹੈ। ਖਾਲਸਾ ਦੀ ਫੇਰ ਵੀ ਕੋਈ ਪ੍ਰਬੰਧ 'ਚ ਕਮੀ ਰਹਿ ਜਾਂਦੀ ਹੈ, ਕੋਈ ਬੁਲਾਰਾ ਕਿਸੇ ਦੀ ਸ਼ਾਨ ਦੇ ਖਿਲਾਫ਼ ਬੋਲ ਜਾਂਦਾ, ਜਦੋਂ ਕਿ ਉਹਦੇ ਨਿੱਜੀ ਸ਼ਬਦ ਹੈ। ਪਰ ਫੇਰ ਵੀ ਅਸੀਂ ਉਸ ਦੀ ਮਾਫ਼ੀ ਮੰਗਦੇ ਹਾਂ। ਪ੍ਰਬੰਧਕ ਉਹ ਨਿਰਾਸ਼ਤਾ ਲੈ ਕੇ ਨਾ ਜਾਣ, ਜਿਹਦੇ ਮਨ ਨੂੰ ਠੇਸ ਪਾਉਂਦੀ ਹੈ, ਉਹ ਉਹਨਾਂ ਵੱਲੋਂ ਕਹੇ ਸ਼ਬਦ ਸਾਡੀ ਝੋਲੀ ਵਿੱਚ ਪਾ ਜਾਣ। ਜਦੋਂ ਵੀ ਜਿਹੜਾ ਪਿਆਰ ਸਤਿਕਾਰ ਜਿਹਦਾ ਜਗਤਾਰ ਸਿੰਘ ਹਵਾਰਾ ਨੇ ਇੱਕ ਹੋਕਾ ਦੇ ਦਿੱਤਾ ਸੀ ਕੌਮ ਨੂੰ ਵੀ ਮੇਰੀ ਕੌਮ ਇਕੱਤਰ ਹੋਏ, ਉਹਨਾਂ ਦੀ ਅਪੀਲ ਨੂੰ ਮੰਨਦੇ ਹੋਏ ਕੌਮ ਅੱਜ ਇਕੱਤਰ ਹੋਣ ਜਾ ਰਹੀ ਹੈ। ਸੋ ਤੁਹਾਡੇ ਪਿਆਰ ਸਦਕਾ ਉਹਨਾਂ ਨੂੰ ਜੇਲ੍ਹ ਮਹਿਸੂਸ ਨਹੀਂ ਹੋ ਰਹੀ, ਜਿਹੜੇ ਲੰਮੇ ਸਮੇਂ ਤੋਂ ਜੇਲ੍ਹ 'ਚ ਬੈਠੇ ਹੈ। ਇਹ ਤੁਹਾਡਾ ਪਿਆਰ ਹੀ ਹੈ, ਪਰੰਤੂ ਪਿਛਲੇ 1-2 ਦਿਨਾਂ 'ਚ ਜੋ ਘਟਨਾਵਾਂ ਵਾਪਰੀਆਂ, ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਪਸ਼ਟ ਕਰਨੀ ਚਾਹੁੰਦਾ ਕਿ ਪਹਿਲਾਂ ਤਾਂ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ, ਜੋ ਸਰ ਲਾਵੇ ਤੇ ਸਕੰਠ ਲਾਵੇ, ਅਸੀਂ ਉਹਨਾਂ ਦੇ ਹੁਕਮ ਦੀ ਪਾਲਣਾ ਕਰ ਰਹੇ ਹਾਂ। ਦੂਜਾ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਹੁਕਮ ਹੈ ਵੀ ਜੋ ਵੀ ਇਸ ਮੋਰਚੇ ਨੂੰ ਸਮਰਪਿਤ ਹੋ ਕੇ ਆਉਂਦਾ ਉਹ ਸਾਡੇ ਵਾਸਤੇ ਸਤਿਕਾਰਯੋਗ ਹੈ। ਪਿਛਲੀ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਆਏ, ਮੈਂ ਬਹੁਤਾ ਵਿਸਤਾਰ 'ਚ ਨਾ ਜਾਵਾਂ, ਉਹ ਸਾਡੇ ਬਿਨਾਂ ਦੱਸੇ ਹੀ ਇੱਥੇ ਪਹੁੰਚ ਗਏ, ਪਰੰਤੂ ਫੇਰ ਵੀ ਉਸ ਸਿਧਾਂਤ ਨੂੰ ਅਸੀਂ ਮੱਦੇ ਨਜ਼ਰ ਰੱਖਦੇ ਹਾਂ, ਉਹਨਾਂ ਦਾ ਸਤਿਕਾਰ ਕੀਤਾ। ਇਸ ਸਟੇਟ ਤੋਂ ਉਹਨਾਂ ਨੂੰ ਟਾਈਮ ਦਿੱਤਾ ਗਿਆ, ਪੂਰਾ ਉਹਨਾਂ ਦੇ ਨਾਲ ਜਿਹੜੀ ਟੀਮ ਆਈ ਸੀ ਉਹਨਾਂ ਦਾ ਧੰਨਵਾਦ ਕੀਤਾ ਗਿਆ, ਪਰੰਤੂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਜਿਹੜੀ ਘਟਨਾ ਜਿਹੜੇ ਪਿਛਲੇ ਸਮਿਆਂ 'ਚ ਉਹਨਾਂ ਨੇ ਜੋ ਫੈਸਲੇ ਲਏ ਉਹਨਾਂ ਤੋਂ ਨਾਰਾਜ਼ ਹੋ ਕੇ ਸਿੰਘ ਸੰਗਤਾਂ ਵਿੱਚ ਜਿਹੜੀ ਨਿਰਾਸ਼ਾ
ਕਿਉਂਕਿ ਉਹਨਾਂ ਨੇ ਹਮੇਸ਼ਾ ਸੰਗਤਾਂ ਨੂੰ ਨਿਰਾਸ਼ ਕੀਤਾ, ਭਾਵੇਂ ਉਹਨਾਂ ਨੇ ਕੋਈ ਅਕਾਲ ਤਖ਼ਤ ਸਾਹਿਬ ਤੋਂ ਫੈਸਲਾ ਕਰਾਇਆ, ਭਾਵੇਂ ਸ਼੍ਰੋਮਣੀ ਕਮੇਟੀ ਨੇ ਨਿੱਜੀ ਤੌਰ ਤੇ ਫੈਸਲਾ ਲਿਆ, ਉਸ ਤੋਂ ਸੰਗਤਾਂ ਦੇ ਨਿਰਾਸ਼ਾ ਪੱਲੇ ਪਈ ਹੈ। ਉਸ ਦਾ ਜਵਾਬ ਪੁੱਛਣ ਲਈ ਕੋਈ ਨੌਜਵਾਨਾਂ ਨੇ ਆਪਣੀ ਭਾਵਨਾਵਾਂ ਮੁਤਾਬਕ ਉਹਨਾਂ ਨੂੰ ਕੁਝ ਸਵਾਲ ਕੀਤੇ, ਜੋ ਉਹਨਾਂ ਦਾ ਇੱਕ ਚੰਗੇ ਸਿੱਖ ਹੋਣ ਦੇ ਨਾਤੇ ਜਵਾਬ ਦੇਣਾ ਫਰਜ਼ ਬਣਦਾ ਸੀ, ਪਰੰਤੂ ਉਹਨਾਂ ਨੇ ਨਾ ਸ਼ਬਦ ਦਿੱਤਾ। ਜੋ ਹੋਇਆ ਫਿਰ ਵੀ ਅਸੀਂ ਉਸ ਘਟਨਾ ਦਾ ਜੋ ਵਾਪਰੀ ਹੈ ਉਹਦਾ ਅਸੀਂ ਦੁੱਖ ਮਹਿਸੂਸ ਕੀਤਾ। ਪ੍ਰਬੰਧਕਾਂ ਨੇ ਤੇ ਦਾਸ ਨੇ ਸਟੇਜ ਤੋਂ ਮਾਫ਼ੀ ਵੀ ਮੰਗੀ ਹੈ ਵੀ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਬੋਲਿਆ ਗਿਆ ਉਹਦੇ ਅਸੀਂ ਮਾਫ਼ੀ ਚਾਹੁੰਦੇ ਹਾਂ, ਪਰੰਤੂ ਦੁੱਖ ਹੋ ਰਿਹਾ ਉਹਦੇ ਉਹਨਾਂ ਦੇ ਕਰਿੰਦੇ ਅੱਜ ਬਾਰ ਬਾਰ ਕਹਿ ਰਹੇ ਹੈ ਕਿ ਇਹ ਪ੍ਰਬੰਧਕਾਂ ਦਾ ਕਸੂਰ ਹੈ। ਇਹ ਪ੍ਰਬੰਧਕਾਂ ਦਾ ਕਸੂਰ ਹੀ ਨਹੀਂ, ਜੋ ਤੁਹਾਡੇ ਪ੍ਰਬੰਧ ਚ ਕਮੀਆਂ ਆਈਆਂ ਉਸ ਦਾ ਕਸੂਰ ਹੈ। ਤੁਹਾਨੂੰ ਜਵਾਬ ਦੇਣਾ ਚਾਹੀਦਾ ਉਹਨਾਂ ਦਾ, ਪਰੰਤੂ ਇੱਥੇ ਵੀ ਮੈਂ ਧਾਮੀ ਸਾਹਿਬ ਨੂੰ ਬੋਲਣ ਤੋਂ ਪਹਿਲਾਂ ਨਿੱਜੀ ਤੌਰ ਤੇ ਬੇਨਤੀ ਕੀਤੀ ਸੀ, ਉੱਥੇ ਬੈਠੇ ਸੀ ਮੇਰੇ ਕੋਲ, ਮੈਂ ਕਿਹਾ ਧਾਮੀ ਸਾਹਿਬ ਦੋ ਨੰਬਰ ਦਾ ਮੁੱਦਾ ਤੁਹਾਡੇ ਨਾਲ ਸੰਬੰਧਿਤ ਹੈ, ਤੁਸੀਂ ਇਹਦੇ ਬਾਰੇ ਕੀ ਕਹੋਗੇ, ਕੀ ਇਹਦਾ ਸਪਸ਼ਟੀਕਰਨ ਦਓਗੇ ਤੁਸੀਂ? ਕਹਿੰਦੇ ਹਾਂ ਮੈਂ ਕਹਾਂਗਾ। ਮੈਨੂੰ ਪੂਰੇ ਵਾਅਦੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਉਹਦਾ ਜਵਾਬ ਦੇਵਾਂਗਾ, ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ਼ ਕਾਰਵਾਈ ਹੋਏਗੀ ਤੇ ਜਿਹੜੀ ਈਸ਼ਰ ਸਿੰਘ ਦੀ ਰਿਪੋਰਟ ਹੈ ਉਹ ਜਨਤਕ ਕੀਤੀ ਜਾਵੇਗੀ। ਪਰੰਤੂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੇਰੇ ਨਾਲ ਵਾਅਦਾ ਕਰਕੇ ਇੱਥੇ ਉਹਦੇ ਮਤਲਬ ਇੱਕ ਸ਼ਬਦ ਵੀ ਨਹੀਂ ਬੋਲਿਆ। ਅੱਜ ਉਹ ਸਾਨੂੰ ਬਾਰ ਬਾਰ ਝੂਠਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹੈ। ਸੋ ਸੰਗਤਾਂ ਦੇ ਚਰਨਾਂ ਚ ਅਪੀਲ ਹੈ, ਬਾਰ ਬਾਰ ਅਸੀਂ ਪ੍ਰਬੰਧਕਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਜੋ ਵੀ ਇੱਥੇ ਆਉਂਦਾ ਉਹ ਸਤਿਕਾਰ ਯੋਗ ਹੈ, ਅਸੀਂ ਸਤਿਕਾਰ ਕਰਨਾ, ਪਰ ਉਹ ਸਾਨੂੰ ਕਸੂਰਬਾਜ਼ ਠਹਿਰਾ ਕੇ ਕੀ ਮੈਸੇਜ ਦੇਣਾ ਚਾਹੁੰਦਾ ਸੰਗਤਾਂ ਨੂੰ, ਜਦੋਂ ਕਿ ਉਹਨਾਂ ਦੀ ਕਾਰਗੁਜ਼ਾਰੀਆਂ ਦਾ ਸੰਗਤਾਂ ਨੂੰ ਚੰਗੀ ਤਰ੍ਹਾਂ ਪਤਾ। ਦੂਜਾ ਇੱਕ ਮੈਂ ਉਦਾਹਰਣ ਤੁਹਾਨੂੰ ਦੱਸਦਾ, ਜਿਹੜੀ ਤਾਜ਼ੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੀ, ਪਿਛਲੇ ਦਿਨੀ ਤੁਸੀਂ ਦੇਖਿਆ ਬੰਦਾ ਸਿੰਘ ਬਹਾਦਰ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਜੋ ਬਣਿਆ, ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਜ਼ਿੰਮੇਵਾਰ ਹੈ ਕਿ ਉੱਥੇ ਭਈਆਂ ਨੂੰ ਐਡਮਿਸ਼ਨਾਂ ਦੇ ਰਹੇ ਹੈ, ਉਹ ਸਾਡੇ ਸਿੱਖ ਬੱਚਿਆਂ ਨੂੰ ਉੱਥੇ ਐਡਮਿਸ਼ਨਾਂ ਦਿੱਤੀਆਂ ਜਾਣ, ਘੱਟ ਤੋਂ ਘੱਟ ਫੀਸਾਂ ਲਈਆਂ ਜਾਣ, ਜੋ ਉੱਥੇ ਪ੍ਰੋਫੈਸਰ ਪ੍ਰਬੰਧਕ ਉਹ ਸਾਡੇ ਸਿੱਖ ਘਰਾਣਿਆਂ ਵਿੱਚੋਂ ਰੱਖੇ ਜਾਣ। ਕਿਉਂ ਉਹਨਾਂ ਨੂੰ ਐਡਮਿਸ਼ਨਾਂ ਦਿੱਤੀਆਂ 150 ਬਿਹਾਰੀ ਬੱਚਿਆਂ ਨੂੰ, ਜਿਨ੍ਹਾਂ ਨੇ ਹਰਦਮ ਬਚਾ ਕੇ ਉਸ ਜਿਹੜਾ ਗੇਟ ਤੇ ਸੇਵਾਦਾਰੀ ਕਰਦਾ ਸੀ ਉਹਦੀ ਪੱਗ ਲਾਹੀ। ਭਾਈ ਜਸਵਿੰਦਰ ਸਿੰਘ ਜੀ ਜਿਹੜੇ ਹੁਣੇ ਪ੍ਰਸ਼ਾਸਨ ਨਾਲ ਵੀ ਮੀਟਿੰਗ ਕਰਕੇ ਆਏ ਹੈ ਇਹਦੇ ਬਾਰੇ, 1400 ਬਿਹਾਰੀ ਬੱਚਾ ਜਿਨ੍ਹਾਂ ਨੂੰ ਉੱਥੇ ਐਡਮਿਸ਼ਨ ਦੇਗੀ, ਕੀ ਸਾਡੇ ਪੰਜਾਬ ਚ ਸਿੱਖਾਂ ਦੇ ਬੱਚੇ ਨਹੀਂ ਰਹੇ? ਉਲਟਾ ਫੇਰ ਜਦੋਂ ਇਹਨਾਂ ਦੇ ਪ੍ਰਸ਼ਾਸਨ ਨੂੰ ਮਿਲਣ
ਤੇ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਕਰਨੀ, ਪਰੰਤੂ ਸ਼੍ਰੋਮਣੀ ਕਮੇਟੀ ਪ੍ਰਸ਼ਾਸਨ ਨੂੰ ਬਾਰ ਬਾਰ ਮਜਬੂਰ ਕਰ ਰਿਹਾ ਕਿ ਤੁਸੀਂ ਸਿੱਖਾਂ ਦੇ ਬੱਚਿਆਂ ਦੇ ਪਰਚੇ ਦਰਜ ਕਰੋ। ਅੱਜ ਵੀ ਕਾਰਵਾਈ ਹੈ ਉਹਨਾਂ ਦੇ ਖਿਲਾਫ਼, ਕਾਰਵਾਈ ਪੁਲਿਸ ਕਾਰਵਾਈ ਹੋ ਰਹੀ ਹੈ। ਤੇ ਸੰਗਤਾਂ, ਮੇਰੀ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਦੀਆਂ ਇਹਨਾਂ ਕਰਤੂਤਾਂ ਜਿਹੜੀਆਂ ਮੈਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਵਰਤਣਾ ਪੈ ਰਿਹਾ, ਸਾਨੂੰ ਸੁਚੇਤ ਰਹਿਣਾ ਚਾਹੀਦਾ। ਇਸ ਕਰਕੇ ਕਸੂਰਵਾਰ ਆਪ ਹੈ, ਕਸੂਰ ਦਾ ਭਾਂਡਾ ਸਾਡੇ ਤੇ ਭੰਨ ਰਹੇ ਹੈ ਪ੍ਰਬੰਧਕਾਂ ਤੇ, ਕੀ ਸੰਗਤਾਂ ਨੂੰ ਪਤਾ ਨਹੀਂ? ਸੋ ਸੰਗਤ ਜੀ, ਜੋ ਤੁਸੀਂ ਪਿਆਰ ਇਸ ਕੌਮੀ ਇਨਸਾਫ ਮੋਰਚੇ ਲਈ ਜਿਹੜਾ ਤਿੰਨ ਮੁੱਦੇ, ਸਾਡਾ ਸੰਬੰਧ ਸਰਕਾਰ ਨਾਲ ਹੈ ਇਨਸਾਫ ਲੈਣਾ, ਚੌਥਾ ਮੁੱਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਹੈ, ਜਿੱਥੇ ਸਰਕਾਰ ਸਾਨੂੰ ਇਨਸਾਫ ਨਹੀਂ ਦੇ ਰਹੀ ਉੱਥੇ ਸ਼੍ਰੋਮਣੀ ਕਮੇਟੀ ਵੀ ਸਾਨੂੰ ਇਨਸਾਫ ਨਹੀਂ ਦੇ ਰਹੀ। ਉਹ ਭੱਜ ਰਹੇ ਹਾਂ ਆਪਣੀ ਜ਼ਿੰਮੇਵਾਰੀ ਤੋਂ, ਪਰ ਉਹ ਦਿਨ ਦੂਰ ਨਹੀਂ ਜਦੋਂ ਸੰਗਤਾਂ ਉਸ ਤੋਂ ਜਵਾਬ ਮੰਗਣਗੀਆਂ। ਦੂਜਾ ਇੱਕ ਉਦਾਹਰਨ ਮੈਂ ਪੇਸ਼ ਕਰਾਂਗਾ ਇਸ ਸਰਕਾਰ ਦੀ, ਮੌਕੇ ਦੀਆਂ ਸਰਕਾਰਾਂ, ਭਾਵੇਂ ਜਹਿਦਾਰ ਜਗਤਾਰਾ ਦੀ, ਜਗਤਾਰ ਸਿੰਘ ਹਵਾਰਾ ਦੀ, ਦਿੱਲੀ ਤੋਂ ਜੇਲ ਬਦਲੀ ਸੀ ਪੰਜਾਬ ਚ, ਉਹ ਮੌਕੇ ਦੀ ਸਰਕਾਰ, ਭਾਵੇਂ ਅਕਾਲੀ ਦਲ ਦੀ ਸਰਕਾਰ ਸਮੇਂ ਦੋ ਵਾਰੀ ਹਾਈ ਕੋਰਟ ਤੋਂ ਦਾਸ ਨੇ ਆਰਡਰ ਕਰਾਏ ਕਿ ਜਿਹੜੇ ਉਹਨਾਂ ਦੇ 2015 ਚ ਦਿੱਲੀ ਵਾਲੇ ਜੋ ਕੇਸ ਸੀ ਉਹ ਸਮਾਪਤ ਹੋ ਚੁੱਕੇ ਸੀ, ਉਹਨਾਂ ਦੀ ਜੇਲ ਬਦਲੀ ਪੰਜਾਬ ਕੀਤੀ ਜਾਏ, ਹਾਈ ਕੋਰਟ ਨੇ ਆਰਡਰ ਕੀਤਾ। ਪਰੰਤੂ ਮੌਕੇ ਦੀ ਅਕਾਲੀ ਸਰਕਾਰ ਨੇ ਇਹ ਓਬਜੈਕਸ਼ਨ ਲਾ ਕੇ ਕਿ ਜੇ ਜਗਤਾਰ ਸਿੰਘ ਹਵਾਰਾ ਪੰਜਾਬ ਆਉਂਦਾ ਆਮਨ ਸ਼ਾਂਤੀ ਨੂੰ ਖਤਰਾ। ਦੂਜਾ 8ਵੇਂ ਮਹੀਨੇ 2022 ਨੂੰ ਭਾਈ ਗੁਰਮੀਤ ਸਿੰਘ ਜਿਹਨਾਂ ਦੀ ਫੋਟੋ 6ਵੇਂ ਨੰਬਰ ਤੇ ਹੈ, ਇਹਨਾਂ ਦੀ ਪੱਕੀ ਰਿਹਾਈ ਦੀ ਪਟੀਸ਼ਨ ਪਾਈ ਗਈ ਹਾਈ ਕੋਰਟ ਚ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜਵਾਬ ਮੰਗਿਆ, CID ਰਿਪੋਰਟ ਮੰਗੀ ਕਿ ਇਹਨਾਂ ਦੀ CID ਰਿਪੋਰਟ ਕੀ ਹੈ ਜਿਸ ਤੇ ਇਹਨਾਂ ਦੀ ਪੱਕੀ ਰਿਹਾਈ ਹੋ ਸਕੇ। ਪਰੰਤੂ ਮੌਕੇ ਦੀ ਸਰਕਾਰ ਦੇ ਅਫਸਰਾਂ ਨੇ, DC ਨੇ, SSP ਪਟਿਆਲਾ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਜੇ ਭਾਈ ਗੁਰਮੀਤ ਸਿੰਘ ਪੱਕੀ ਰਿਹਾਈ ਤੇ ਆਉਣੇ ਹੈ ਤਾਂ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੁੰਦੀ ਹੈ। ਜਦੋਂ ਦਾਸ ਨੂੰ ਪਤਾ ਲੱਗਿਆ, ਕਿਉਂਕਿ ਦਾਸ ਇਹਨਾਂ ਦੀ ਸਮੇਂ ਸਮੇਂ ਤੇ ਕੇਸਾਂ ਦੀ ਪੈਰਵੀ ਕਰਦਾ, ਜਾ ਕੇ DC ਪਟਿਆਲਾ ਨੂੰ ਮਿਲਿਆ, SSP ਪਟਿਆਲਾ ਨੂੰ ਮਿਲਿਆ। ਮੈਂ ਕਿਹਾ DC ਸਾਹਿਬ, ਮੈਡਮ ਹੈ ਉੱਥੇ, ਬਈ ਕੋਰੋਨਾ ਕਾਲ ਚ ਭਾਈ ਗੁਰਮੀਤ ਸਿੰਘ 8 ਮਹੀਨੇ ਤੇ 10 ਮਹੀਨੇ ਲਗਾਤਾਰ ਸੰਗਤ ਜੀ ਪਰੋਲ ਕੱਟ ਕੇ ਗਿਆ ਆਪਣੇ ਘਰੇ, ਕੀ ਉਹਦੇ ਖਿਲਾਫ ਕੋਈ ਕੰਪਲੇਂਟ ਆਈ? ਕਿਸੇ ਸਿਟੀਜ਼ਨ ਨੇ ਕੰਪਲੇਂਟ ਕਰੀ? ਕੋਈ ਪ੍ਰਸ਼ਾਸਨ ਨੇ ਸ਼ਿਕਾਇਤ ਕੀਤੀ? ਕਹਿੰਦੇ ਨਹੀਂ। ਮੈਂ ਕਿਹਾ ਜਦ 18 ਮਹੀਨੇ ਉਹ ਲਗਾਤਾਰ ਕੱਟ ਗਿਆ, ਉਦੋਂ ਅਮਨ ਸ਼ਾਂਤੀ ਭੰਗ ਨਹੀਂ ਹੋਈ? ਕੀ ਉਹਦੀ ਪੱਕੀ ਰਿਹਾਈ ਤੇ ਅਮਨ ਸ਼ਾਂਤੀ ਭੰਗ ਹੁੰਦੀ ਹੈ? ਇਹ ਮਨਸਾ ਇਹਨਾਂ ਸਰਕਾਰਾਂ ਦੀ, ਸਰਕਾਰਾਂ ਤੁਹਾਡੇ ਬਾਰੇ ਸਾਰੀਆਂ ਬਰਾਬਰ ਦੀਆਂ ਕਸੂਰਵਾਰ ਹੈ, ਕਿਉਂਕਿ ਜੋ ਸਰਕਾਰਾਂ ਦੀ ਨਕੇਲ ਹੈ ਉਹ ਦਿੱਲੀ ਸਰਕਾਰ ਦੇ ਹੱਥ ਵਿੱਚ ਹੈ।
ਭਾਵੇਂ ਉਹ ਅਕਾਲੀ ਸਰਕਾਰ ਸੀ, ਕਾਂਗਰਸ ਸਰਕਾਰ ਸੀ, ਭਾਵੇਂ ਮੌਕੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਸੋ ਸਾਨੂੰ ਇਨਸਾਫ ਲੈਣ ਵਾਸਤੇ ਬਹੁਤ ਤਕੜਾ ਸੰਘਰਸ਼ ਲੜਨਾ ਪੈਣਾ, ਉਸ ਤੁਹਾਡੇ ਸਹਿਯੋਗ ਦੀ ਲੋੜ ਹੈ। ਸਾਨੂੰ ਸਰਕਾਰਾਂ ਤੋਂ ਭੀਖ ਮੰਗਣ ਦੀ ਲੋੜ ਨਹੀਂ, ਜੇ ਤੁਹਾਡਾ ਸਹਿਯੋਗ ਸਾਨੂੰ ਮਿਲਦਾ ਰਹੇਗਾ। ਦੂਜਾ, ਸੰਗਤਾਂ ਚ ਇਹ ਵੀ ਕਈ ਵਾਰੀ ਖਾਸਾ ਉਹਨਾਂ ਦਾ ਖਾਸਾ ਅਸੀਂ 100% ਸਹੀ ਵੀ ਮੰਨਦੇ ਹਾਂ ਕਿ ਪਿੱਛੇ ਜਿੰਨੇ ਵੀ ਸੰਘਰਸ਼ ਲੜੇ ਗਏ ਉਹਨਾਂ ਚੋਂ ਕੌਮ ਦੇ ਪੱਲੇ ਨਿਰਾਸ਼ਾ ਪਈ ਹੈ। ਸੋ ਅਸੀਂ ਤੁਹਾਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਗੁਰੂ ਸਾਹਿਬ ਜਿਨ੍ਹਾਂ ਦੀ ਅਗਵਾਈ ਵਿੱਚ ਇਹ ਸੰਘਰਸ਼ ਲੜਿਆ ਜਾ ਰਿਹਾ, ਉਹ ਸਾਨੂੰ ਹੋਮੇ ਦਾ ਹੰਕਾਰ ਨਾ ਹੋਣ ਦੇਣ, ਸਾਨੂੰ ਗਰੀਬ ਸਿੱਖ ਵਜੋਂ ਹੀ ਪੇਸ਼ ਕਰਨ, ਉਹਨਾਂ ਦਾ ਹੱਥ ਰਹੇ ਸਾਡੇ ਸਿਰ ਤੇ। ਇਹ ਤੁਹਾਨੂੰ ਅਲਾਂਭਾ ਨਹੀਂ ਆਉਣ ਦੇਣਾ। ਪ੍ਰਬੰਧਕਾਂ ਵੱਲੋਂ ਤੁਹਾਨੂੰ ਪੂਰਾ ਉਹ ਹੈ, ਸਵਾਲ ਪੁੱਛਣ ਦਾ ਜਵਾਬ, ਸਵਾਲ ਕਰਨ ਦਾ ਪੂਰਾ ਅਧਿਕਾਰ ਹੈ, ਕਿਉਂਕਿ ਅਸੀਂ ਸੰਗਤਾਂ ਨੂੰ ਸਮਰਪਿਤ ਹੈ। ਇਹ ਮੋਰਚਾ ਸੰਗਤਾਂ ਦਾ, ਨਾ ਕਿਸੇ ਨਿੱਜੀ ਤੌਰ ਤੇ ਕਿਸੇ ਵਿਸ਼ੇਸ਼ ਵਿਅਕਤੀ ਦਾ। ਸੋ ਇਸ ਲਈ ਤੁਸੀਂ ਆਪਣਾ ਫਰਜ਼ ਸਮਝਦੇ ਹੋਏ ਜਿਹੜਾ ਤਕਰੀਬਨ 7 ਜਨਵਰੀ ਤੋਂ ਤੁਸੀਂ ਨਿਭਾ ਰਹੇ ਹੈ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡੇ ਉਦਮਾਂ ਦਾ। ਸੋ ਆਉਣ ਵਾਲੇ ਸਮੇਂ ਚ ਆਸ ਰੱਖਦੇ ਹਾਂ ਵੀ ਇਸ ਤੋਂ ਵੱਡੇ ਪੱਧਰ ਤੇ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਹ ਸੰਘਰਸ਼ ਦਾ ਹਿੱਸਾ ਬਣ ਕੇ ਸੰਘਰਸ਼ ਨੂੰ ਸਫਲਤਾ ਵੱਲ ਲੈ ਕੇ ਜਾਓਗੇ। ਸੋ ਮੇਰੀ ਅੰਤ ਵਿੱਚ ਤੁਹਾਡੇ ਚਰਨਾਂ ਚ ਬੇਨਤੀ ਹੈ ਵੀ ਜੇ ਕੋਈ ਗਲਤੀ ਹੁੰਦੀ ਹੈ ਉਹ ਪ੍ਰਬੰਧਕਾਂ ਦੇ ਪੱਲੇ ਬੈਠ ਕੇ ਪਾ ਦਿਆ ਕਰੋ, ਤਾਂ ਕਿ ਅਸੀਂ ਉਸ ਚ ਅੱਗੇ ਨੂੰ ਸੁਧਾਰ ਕਰ ਸਕੀਏ। ਸੋ ਮੇਰੀ ਨੌਜਵਾਨਾਂ ਨੂੰ ਬੇਨਤੀ ਹੈ, ਨੌਜਵਾਨੋ, ਸਰਕਾਰਾਂ ਇਹ ਨਹੀਂ ਚਾਹੁੰਦੀਆਂ ਵੀ ਤੁਹਾਡਾ ਇਹ ਮੋਰਚਾ ਸਫਲ ਹੋਏ। ਇਸ ਦੀ ਬਾਗਡੋਰ ਨੌਜਵਾਨਾਂ ਦੇ ਮੋਢਿਆਂ ਤੇ ਹੈ। ਜੈਦਾਰ ਜਗਤਾਰ ਸਿੰਘ ਹਵਾਰਾ ਨਾਲ ਜਦੋਂ ਵੀ ਗੱਲ ਹੁੰਦੀ, ਅੱਜ ਸਵੇਰੇ ਵੀ ਗੱਲ ਹੋਈ ਹੈ, ਉਹਨਾਂ ਨੇ ਇਹੀ ਸੁਨੇਹਾ ਦਿਆ ਕਿ ਬਾਪੂ ਜੀ ਨੌਜਵਾਨਾਂ ਨੂੰ ਅੱਗੇ ਲਾ ਕੇ ਰੱਖਣਾ, ਉਹ ਹਮੇਸ਼ਾ ਨੌਜਵਾਨਾਂ ਦੇ ਭਾਵਨਾਵਾਂ ਦੀ ਕਦਰ ਕਰਦੇ ਆ, ਉਹਨਾਂ ਦੇ ਹੌਸਲੇ ਤੇ ਹੀ ਉਹ ਜੇਲ੍ਹ ਕੱਟ ਰਹੇ ਹੈ। ਸੋ ਨੌਜਵਾਨਾਂ ਦਾ ਜਿਹੜਾ ਇਸ ਮੋਰਚੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਅਸੀਂ ਨਿਰੰਤਰ ਲਾਗੂ ਰੱਖਣਾ, ਜਾਰੀ ਰੱਖਣਾ ਉਸ ਨੂੰ। ਸੋ ਹੋਈਆਂ ਗਲਤੀਆਂ ਦੀ ਖਿਮਾ ਪ੍ਰਬੰਧਕਾਂ ਵੱਲੋਂ, ਕੋਈ ਪ੍ਰਬੰਧਕ ਕਮੀ ਉਹਦੀ ਖਿਮਾ, ਆਈਆਂ ਸਾਰੀ ਜਥੇਬੰਦੀਆਂ ਨਿੱਜੀ ਤੌਰ ਤੇ ਸੇਵਾਵਾਂ ਨਿਭਾ ਰਹੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।